आ गए हैं किया दे शोरूम, ब्लैक कलर भी सोना है। इस कुछ नहीं है कि बस किसी ने पता ना लगे। सत श्री अकाल जी, वेलकम टू अवर यूट्यूब चैनल। जिरा नाम है अमन जस ब्लॉग। सो असी आ गए नए ब्लॉग के नाल ते तुहाडा बहुत स्वागत है नए ब्लॉग दे विच। हां जी, सारे जने पुछदे पे सी की सरप्राइज आ, है ना, स्नैपचैट ते बड़े मैसेज आई जांदे सी, ए सी सरप्राइज भाजी ते भाभी ने आना सी, इस करके आप अमृतसर तो जल्दी आ गए। सही गल आ। सो हेलो कर दो सारे जने। हुण हाय ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸਾਡੇ ਵਲੌਗਾਂ 'ਚ। ਹਾਂ, ਸੀਰੀਅਸਲੀ ਬਹੁਤ ਪਿਆਰ ਦਿੰਦੇ ਆ, ਹੈ ਨਾ, ਸਾਰੇ ਜਣੇ ਪੁੱਛਦੇ ਹੁੰਦੇ ਆ ਭਾਜੀ ਤੇ ਭਾਬੀ ਵਲੌਗ 'ਚ ਕਿਉਂ ਨਹੀਂ ਲੈ ਕੇ ਆਏ ਤੁਸੀਂ। ਵਲੌਗ 'ਚ ਸੱਚੀ ਬੜੇ ਕਮੈਂਟਸ ਆਉਂਦੇ ਹੁੰਦੇ ਆ, ਵਲੌਗ 'ਚ ਕਿਉਂ ਨਹੀਂ ਲੈ ਕੇ ਆਏ, ਅੱਜ ਦੇਖ ਲਓ ਆਪਾਂ ਵਲੌਗ 'ਚ ਲੈ ਆਏ ਨਾ। ਹਾਂ, ਸਾਰੇ ਪੁੱਛਦੇ। ਅੱਜ ਆਪਾਂ ਜਾ ਰਹੇ ਹਾਂ ਹੁਣ ਘੁੰਮਣ ਘੁੰਮਣ, ਹੈ ਨਾ, ਅੱਜ ਆਪਾਂ ਲੋਕਲ ਹੀ ਘੁੰਮਾਂਗੇ, ਘੁੰਮੀ ਘੁੰਮੀ ਕਰਾਂਗੇ ਤੇ ਬਾਕੀ ਬੱਦਲ ਵੀ ਹੋ ਰਿਹਾ ਥੋੜਾ ਥੋੜਾ, ਵੇਖੋ ਸ਼ਾਮ ਨੂੰ ਬਾਰਿਸ਼ ਆਉਂਦੀ ਕਿ ਨਹੀਂ ਆਉਂਦੀ। ਸਵੇਰੇ ਤਾਂ ਆ ਗਈ ਇੱਕ ਵਾਰੀ, ਹੈ ਨਾ, ਤੇ ਹੁਣ ਆਪਾਂ ਚੱਲਦੇ ਹਾਂ ਫਿਰ ਰਾਤ ਨੂੰ ਘਰੇ ਆਵਾਂਗੇ। ਸੋ ਵਲੌਗ ਨੂੰ ਲਾਸਟ ਤੱਕ ਜਰੂਰ ਦੇਖੋ ਤੇ ਲਾਈਕ ਸ਼ੇਅਰ ਕਮੈਂਟ ਜੀ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਘਰੋਂ ਨਿਕਲ ਕੇ ਆਪਾਂ ਇੱਧਰ ਨੂੰ ਆਏ ਆਂ ਸਿੱਜੂ ਮਾਜਰੇ ਵੱਲ, ਤੇ ਇੱਧਰ ਵੇਖੋ ਪਾਣੀ ਕਿੰਨਾ ਯਾਰ, ਸਵਿਮਿੰਗ ਪੂਲ ਬਣਿਆ ਹੈ, ਜਿਨ੍ਹਾਂ ਦੇ ਗੱਡੀਆਂ ਦੇ ਟਾਇਰ ਟੂਰ ਗੰਦੇ ਆ ਗਏ ਤੇ ਟਾਇਰ ਸਾਫ ਕੀਤੇ ਜਾਣ, ਬਹੁਤ ਨੀਚੇ ਵੀ ਗੱਡੀਆਂ ਸਾਫ ਹੋ ਜਾਣਗੀਆਂ, ਨੀਚੇ ਵੀ ਗੱਡੀ ਪੂਰੀ ਸਾਫ ਹੋ ਜਾਏਗੀ, ਐਂ ਵਧੀਆ। ਇਹ ਪਿੱਛੇ ਮੈਂ ਤੁਹਾਨੂੰ ਦਿਖਾਇਆ, ਪਿੱਛੇ ਵੀ ਬਹੁਤ ਜ਼ਿਆਦਾ ਆ ਜਿਹੜਾ ਰੇੜੀ ਵਾਲੇ ਦੇ ਤਾਂ ਧੂਏ ਨਿਕਲ ਗਿਆ ਆ। चलो कोई ना, निकल गया अगे जाके, होर है लो। हां, थोड़ी थोड़ी देर बाद स्विमिंग पूल बनाए हैं, गर्मी ने जाने लगे, वेखो अगे भी है। चलो कोई ना, ਵਾਹਿਗੁਰੂ ਕਰਕੇ ਨਿਕਲ ਜਾਣਾ ਆਪਾਂ। ਭਗਵੰਤ ਮਾਨ ਸਾਹਿਬ ਦਾ ਪੰਜਾਬ। ਹਾਂ, ਸਹੀ ਗੱਲ ਹੈ। ਦੇਖੋ ਯਾਰ ਕਿੰਨਾ ਪਾਣੀ ਖੜਾ ਇੱਧਰ ਵੀ, ਸੁਸਾਇਟੀ ਦੇ ਅੱਗੇ ਵੀ ਪਾਣੀ ਹੈ। ਆਹ ਵੇਖੋ ਅੱਗੇ ਵੀ, ਅੱਗੇ ਰੋਡ ਟੁੱਟੀ ਹੋਈ ਹੈ। ਇੱਕ ਤਾਂ ਨਾ ਰੋਡ ਬੜੀਆਂ ਤੋੜ ਦਿੰਦੇ ਆ, ਮਿੰਟ ਕੁ ਬਾਅਦ ਕਰੀ ਕਿਰਿਓ ਪੱਟ ਦਿੰਦੇ, ਜਦੋਂ ਇੱਥੇ ਟਾਈਲਾਂ ਲੱਗੇ ਨੇ ਇੰਟਰਲੋਕ, ਇਹ ਟਾਈਲਾਂ ਹੀ ਪੱਟਦੇ ਰਹਿੰਦੇ ਜਦੋਂ ਵੇਖੋ, ਕਦੀ ਕਿਤੇ ਕੁਛ ਹੋ ਗਿਆ, ਕਦੀ ਕਿਤੇ ਕੁਛ ਹੋ ਗਿਆ। ਇਹਨਾਂ ਨੂੰ ਚਾਹੀਦਾ ਕਿ ਇੱਥੇ ਪ੍ਰੋਪਰ ਸੜਕ ਬਣਾ ਲੈਣ, ਲੋਕੀ ਕਰੂਜ਼ ਮੋਡ ਲਾ ਕੇ ਜਾਇਆ ਕਰਨ। ਤੁਹਾਨੂੰ ਕਰਦੇ ਆ ਖੜਾ ਇਲੈਕਸ਼ਨਾਂ 'ਚ, ਮੈਂ ਕਹਿੰਦਾ ਲੋਕੀ ਕਰੂਜ਼ ਮੋਡ ਲਾ ਕੇ ਜਾਇਆ ਕਰਨ, ਵਧੀਆ ਸੜਕ ਬਣਾਉਣ। ਆਹੋ, ਕਿ ਨਹੀਂ ਸਹੀ ਗੱਲ ਆ, ਕਰੂਜ਼ ਮੋਡ ਲੱਗੇ, ਕਿਸੇ ਨੂੰ ਪਤਾ ਨਾ ਲੱਗੇ, ਪਲੇਨ ਜਾਨ ਪਲੇ ਰੁੜਦੇ ਹੀ ਬੰਦਾ ਘੱਟੋ ਘੱਟ ਮੀਂਹ 120 ਦੇ ਵਿੱਚ ਚਲਾ ਸਕਦਾ ਨਾ। ਹੁਣ ਜਿੰਨੇ ਟੁੱਟੀਆਂ ਸੜਕ ਹੋਣਗੇ ਕੋਈ ਕਰੂਜ਼ ਮੋਡ ਲਾ ਹੀ ਨਹੀਂ ਸਕਦਾ ਇੱਥੇ। ਚਲੋ ਕੋਈ ਨਹੀਂ, ਕਰਦੇ ਭਗਵੰਤ ਮਾਨ ਸਾਹਿਬ ਨਾਲ ਗੱਲ, ਮੈਨੂੰ ਬਾਕੀ ਵੋਟ ਪਾਓ, ਮੈਂ ਇਲੈਕਸ਼ਨਾਂ 'ਚ ਖੜਾ ਲੱਗਾ। ਮੈਂ ਸਭ ਤੋਂ ਵੱਡਾ ਇਹੀ ਕਰਨਾ ਹੈ ਕਿ ਸਾਰੀ ਜਗ੍ਹਾ ਜਗ੍ਹਾ ਲਿਖ ਕੇ ਲਾ ਦੇਣਾ, ਕਰੂਜ਼ ਮੋਡ ਆਨ ਕਰਕੇ ਗੱਡੀ ਚਲਾਓ। ਪਹੁੰਚ ਗਏ ਹਾਂ ਜੀ 23 ਸੈਕਟਰ 'ਤੇ, ਭਾਈ ਨੇ ਕਰਨੀ ਹੈ ਸ਼ੋਪਿੰਗ, ਅਤੇ ਭਾਈ ਨੇ ਸ਼ੋਪਿੰਗ ਕਰਨੀ ਕਰਨੀ ਹੈ, ਅਤੇ ਭਾਬੀ ਕਹਿੰਦੀ ਮੈਂ ਕਾਹਤੋਂ ਪਿੱਛੇ ਰਹਾਂ, ਫਿਰ ਮੈਂ ਵੀ ਨਾਲ ਹੀ ਕਰੂੰਗੀ ਸ਼ੋਪਿੰਗ, ਹੈਂ, ਥੋੜ੍ਹੀ ਬਹੁਤ ਹੋਣੀ ਚਾਹੀਦੀ ਹੈ ਇੱਦਾਂ। ਹਾਂ, ਤੁਸੀਂ ਨਾ ਸਾਈਡ 'ਤੇ ਰਹੋ। ਹਾਂ, ਤੁਸੀਂ ਨਹੀਂ ਕਰਨੀ ਸ਼ੋਪਿੰਗ, ਮੈਂ ਹਲੇ ਲੋੜ ਨਹੀਂ ਹੈਗੀ। ਅੱਛਾ, ਕਹਿਣਾ ਇਹੀ ਕਹਿੰਦੀ ਹੁੰਦੀ ਆ। ਹਾਂ, ਪਤਾ ਨਾ ਤੁਹਾਨੂੰ, ਵੈਸੇ ਕਰਨੀ ਸੱਚੀ ਨਹੀਂ ਕਰਨੀ, ਪਤਾ ਤੁਹਾਨੂੰ ਵੈਸੇ ਸਾਰਿਆਂ ਨੂੰ ਇਹਨਾਂ ਨੇ ਕਰਨੀ ਕਿ ਨਹੀਂ ਕਰਨੀ। ਤੇ ਭਾਬੀ ਪਹਿਲਾਂ ਹੀ ਜਾ ਕੇ ਦੇਖਦੇ ਪਏ ਆ ਕਿ ਮੇਰੇ ਲਈ ਹੈਗੀ ਇੱਥੇ ਸ਼ੌਪ ਕਿ ਨਹੀਂ ਹੈਗੀ, ਵਾਧੂ ਮਿਲ ਜਾਣੀ ਹੈ, ਇੱਥੇ ਹੀ ਹੋਊਗੀ, ਆਪਾਂ ਕਿਤੇ ਹੋਰ ਲੈ ਜਾਾਂਗੇ। ਠੀਕ ਹੈ, ਤੇ ਦੇਖਦੇ ਹਾਂ, ਮੈਂ ਵੀ ਕਦੀ ਕੋਈ ਚੀਜ਼ ਲਾਊਂਗਾ। ਸ਼ੋਪਿੰਗ ਆਪਾਂ ਕਰ ਲਈ ਹੈ, ਤੇ ਭਾਈ ਨੇ ਆਪਣੇ ਕੱਪੜੇ ਦਿੱਤੇ ਆ, ਅਸੀਂ ਦਿੱਤੇ ਆ ਕਿ ਅਸੀਂ ਬੀਬੀ ਬੱਚੇ ਬਣ ਗਏ ਹਾਂ, ਹੈ ਨਾ, ਆਪਾਂ ਫਿਰ ਥੋੜ੍ਹਾ ਟਾਈਮ ਰੁਕ ਕੇ ਲਵਾਂਗੇ ਨਾ। ਸਹੀ ਗੱਲ ਹੈ। ਅਤੇ ਇੱਧਰ ਮੈਂ ਪਾਣੀ ਦੀ ਬੋਟਲ ਲੈ ਗਿਆ, ਫੜੋ ਯਾਰ, ਬੜੀ ਪਿਆਸ ਲੱਗੀ ਹੈ, ਘਰੇ ਭੁੱਲ ਗਿਆ ਜੇ ਆਪਾਂ ਆਪਣੇ ਵਾਲੀ, ਹੁਣ ਆਪਾਂ 2 ਲੀਟਰ ਦੀ ਲਿੱਤੀ ਹੈ, ਪਿਆਸ ਬਹੁਤ ਜ਼ਿਆਦਾ ਲੱਗੀ, ਠੰਡਾ ਤਾਂ ਨਹੀਂ ਆ, ਸਿਰਫ ਇੱਕ ਬੋਟਲ ਹੀ ਉਹਨਾਂ ਕੋਲ। ਚਲੋ ਚਲੋ, ਅਤੇ ਇੱਧਰ ਭਾਬੀ ਖੜੇ ਨੇ, ਚਲੀਏ ਭਾਬੀ। ਚਲੋ, ਸ਼ੋਪਿੰਗ ਕਰਕੇ ਅਤੇ ਹੁਣ ਆਪਾਂ ਆ ਗਏ ਹਾਂ ਕੀਆ ਦੇ ਸ਼ੋਰੂਮ, ਗੱਡੀ ਦੇਖਣ ਆਏ ਨਵੀਂ ਕੀਆ ਸ਼ੈਲਟੋਸ, ਅਤੇ ਪਹਿਲਾਂ ਜੀ ਦੇਖਾਂਗੇ ਵਧੀਆ ਲੱਗਦੀ ਕਿ ਨਹੀਂ ਲੱਗਦੀ, ਬਲੈਕ ਕਲਰ ਵੀ ਸੋਹਣਾ, ਬਾਕੀ ਅੰਦਰ ਜਾ ਕੇ ਦੇਖਦੇ ਹੁਣ ਪਸੰਦ ਆਉਂਦੀ ਕਿ ਨਹੀਂ ਆਉਂਦੀ। ਇਹ ਹੁਣ ਦੇਖਣ ਲੱਗ ਗਿਆ ਕੀਆ ਸੋਨਟ, ਕਲਰ ਬੜਾ ਪਿਆਰਾ ਹੈ, ਹੈ ਨਾ ਭਾਬੀ, ਕਲਰ ਸੁੰਦਰ ਹੈ ਨਾ, ਕਲਰ ਅੱਛਾ, ਅੱਜ ਲੈ ਕੇ ਜਾਣੀ ਆ ਘਰ, ਹੈਂ, ਭਾਬੀ ਆਟੋਮੈਟਿਕ ਹੈ ਜਾਂ ਦੂਸਰੀ ਵਾਲੀ ਹੈ, ਮੈਨੂਅਲ ਹੈ, ਫਿਰ ਨਹੀਂ ਹਮਾਰੇ ਕਾਮ ਕੀ ਹੈ, ਹਮ ਤੋ ਆਟੋਮੈਟਿਕ ਲੇਂਗੇ।
पसंद नहीं आई है, स्पेस है नहीं। किधर ही लगी? नहीं खास नहीं लगी, स्पेस है नहीं, ऑटोमेटिक ही है। ओही तो गल है, मैं ताही तक क्या साडे मतलब दी नहीं है, मैनुअल ऑटोमेटिक हुंदी ते मैनुअल। हां ऑटोमेटिक दी आदत पै गई ना। स्पेस नहीं बाकी की आदा, ऑफिस सोहना है, गड्डियां भी सोहनियां सोहनियां है, पता नहीं चलदी है छड़दी है। बट मैनू जिहड़ी साडी अमेज़ है ना, होंडा अमेज़, ओहदी स्पेस ज़्यादा है, पिछे दी स्पेस कुछ नहीं हैगी, बस रेट रेट ही है, ते फीचर ही दिते है, ते मैनू लगदा कामयाब होगी, फीचर फीचर ही। कैंसल जो होंडा है ना, होंडा ही है। चलो यार घूमते घुमाते हूँ आप आ गए हैं गोल गप्पे खान। कि दिल किया गोल गप्पे खान का? आप दही वाले करा ले यार, भाभी ने पानी वाले गोल गप्पे खाने हैं, तो फिर पचाड़े भी खावे एक है ना, जो जो दिल करता वो खाओ है ना। अच्छे होंगे वह, हाँ खावे खिलावे भाजी, खाएंगे इधर से खाएंगे हम। हिंदी बड़ी घट है। और भाजी को मैंने कहा था इधर से बढ़िया मिलते हैं। आप तो बहुत कुछ कहते हो। हाँ गोल कपड़े अपने आगे दही वाले भाजी दस्यो हूँ कि बोल रही शॉर्ट च मेरी रीस ला रहे थे शॉर्ट च कि बोल रही पहले गोल कपड़े घरे असी आ गए सीगे, ते करे के रेस्ट वगैरा कर ला पे, ते फिर एक और साडे ब्रदर हैगे ओह भी आ गए, ट्विंकल भाजी, जिन्हां तुसीं व्याह ते भी देखिया होगा भाजी दे व्याह च भंगड़ा पांदे, और भाभी ने इधर मेरे लिए बनाई है चिल्ड चिल्ड कोल्ड कॉफी। यार सीरियसली भाभी ने कॉफी बहुत कहना है, थैंक यू भाभी जी, बहुत टेस्टी है जी। भाभी अपने लिए बना रहे चाह, मेरे लिए भी बन रही है, तेरे लिए भी चाह बन रही है, रात में चाह तड़का लग रहा है, की बना रहे हो? मटर पनीर बस जब भी मैं आया करूंगा ना दिल्ली, तो आप बस याद रखना मैंने कॉफी पीनी है, अब कॉफी पिया करूंगा मैं कोल्ड कॉफी, ठीक है ना यार। मैं सीरियसली मेरा इरादा एक होर कप बना के ना अंदर बह के ना पीवा, और मैं अंदर बह के पी लो आराम ना, नहीं मैं हूँ बना लेंगे चिकन, चिकन तड़का ला लीए, फिर बाद एक होर बना लेंगे फिर पी लेंगे, भाभी मुकर के भी दिखावे कि नहीं मैं बनानी है ना भाभी। भाभी ने मुकर ना लिए, ये तो 5 मिनट में बनती है, 5 मिनट बना दूंगी। A few moments later. डिनर करके आपां हुण खाण आ गए, आइसक्रीम ते मिल्क बादाम पीन आ गए। हां जी है ना, हां जी पूरा रसमलाई का टेस्ट है यार, पूरा कर लेना ਮੈਂ ਆਪਣਾ ਟੇਸਟ ਪੀ ਲਿਆ।
नहीं लेना कोई भी। क्यों भाभी की कुल्फी आ गई है। भाभी कैसी है? हेलो तुसी भी कुल्फी माड़ी सी माड़ी गई माड़ी गई वेरी गुड ले आओ दिखाओ। आपको कैसी लगी? अभी टेस्ट नहीं किया मैंने। खाली टेस्ट नहीं की थी मैं। खाली टेस्ट नहीं की थी मैं। अरे मैं तो खाती नहीं। रोटी की लगी थी। नहीं नहीं का स्वाद है बड़ी। बहुत ही स्वाद। बहुत ही स्वाद। नहीं होता कि पंजाबी बोलनी है तो होली होली बोलनी है। नहीं। ट्विंकल भैया मेरे अंदर आ गया। ਚਲੋ ਜੀ ਮੈਂ ਵੀ ਹੁਣ ਨਾ ਅਸੀਂ ਕੇਸਰ ਲੈਣ ਲੱਗਾ ਕੇਸਰ ਮਿਲਕ ਬਦਾਮ ਹੈ ਨਾ ਮੇਰਾ ਪੀ ਕੇ ਸਾਰਾ ਉੱਥੋਂ ਰਾਜ ਮਲਾਈ ਅੱਜ ਦਾ ਆਪਾਂ ਵਲੌਗ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਹਮਨੇ ਗਾੜੀ ਨੂੰ ਬੋਲ ਦਿੱਤਾ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਹੱਸੀ ਜਾਂਦੇ ਤੇ ਆਪਾਂ ਵਲੌਗ ਬਾਏ ਬਾਏ ਕਰਨ ਲੱਗੇ ਸਾਰਿਆਂ ਨੂੰ ਬਾਏ ਬਾਏ ਕਰ ਦਿਓ ਨਵੇਂ ਵਲੌਗ ਨਾਲ ਫੇਰ ਮਿਲਾਂਗੇ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ।